हाँ जी, सत श्री अकाल जी। तुहाडा सारयां दा एक बार फिर तो स्वागत है तुहाडे अपने चैनल पिंडू व्लॉगर ते। ते अज आपां अपने घर दे सारे काम कार नबेड दित्ते आ ते हुण आपां फ्री सी ते आपां बाई राओ हुणा नाल हुण चलदे आ उहनां दे स्टूडियो ते तुहानूं स्टूडियो दी सैर कराउणे आ ते दिखाउणे आ किद्दां म्यूजिक तैयार हुंदा। सो चलो जी, आ जाओ चलदे आ फिर। लो जी, आप राव के घर को पहुँच गए तो राव न भी चक लिया नाल, मैडबल प्रोडक्शन वाला मुंडा बैठा नाल। तो चलते हैं स्टूडियो तो देखते हैं किदा म्यूजिक सिस्टम इन्हों का। आप रास्ते वीडियो शूट भी अपने फ्रेंड कर रहे उ भी जाना गा। ठीक है ठीक है, वो आप रास्ते खड़ जाएंगे। चलो चलते हैं जी फिर। लो जी, संगत पहुँच चुकी हैं शूटिंग वाली जगह पे। पिंड भोखड़ा दे विच गर्मो गर्मी हुई पई है, जवानी पूरा जोर लग्या पिया विच। अद्धे पुलिस वाले बने फिरदे आ, कोई की बनया फिरदा, गड्डियां गुड्डियां जिप्सी भी रेडी आ नाल, स्कॉर्पियो सैकल भी रेडी आ नाल। इन्हां बंगा दा आपदा ही रोल आ विच कोई। ते चलो राव नूं काम सी इत्थे, राव आउंदा बाई नूं व्हीकल नूं मिल के, फिर आपां चलदे आ स्टूडियो। बाई डायरेक्टर बाई रिंकल है भोखड़ा पिंड की सत्त आखड़ी जिप्सी ते पुलिस वाले वीर ने नकली वाले। लो जी, फाइनली आपां पहुंच गए हैं स्टूडियो ते करनगे बाई हणी कोई ना कोई अज तैयार सौंग है। तेरे नी करार मैनू पट्टिया, तेरे नी करार मैनू पट्टिया, तेरे नी करार मैनू पट्टिया, दस मैं की प्यार विचो खट्टिया, तेरे नी करार मैनू पट्टिया। ओ ये आ बई अनमोल अबीरा ते अजकल दी अपनी जिवें कि नौजवान पीढ़ी आ सभ्याचारक अपने साजां नूं भुलदी जांदी आ,
ਪਰੇ ਬਾਈ ਹੁਣੀ ਨੇ ਇਹ ਚੀਜ਼ ਨੂੰ ਸਾਂਭ ਕੇ ਰੱਖਿਆ ਅਤੇ ਇਹ ਬਾਈ ਹੁਣੀ ਆਪਦੇ ਹੱਥੀਂ ਤੂੰਬੀ ਤਿਆਰ ਵੀ ਕਰਦੇ ਆ ਅਤੇ ਵਜਾਉਂਦੇ ਵੀ ਆ ਅਤੇ ਅੱਜ ਤੁਹਾਨੂੰ ਸੁਣਾਉਂਦੇ ਆ ਵਜਾਉਂਦੇ ਹੋਏ ਬਾਈ ਹੁਣੀ ਲਓ ਬਈ ਹੁਣ ਆਪਾਂ ਬਾਈ ਹੁਣਾਂ ਤੋਂ ਸੁਣਦੇ ਹਾਂ ਕੁਛ ਬਾਈ ਜੀ ਹੁਣੀ ਆਪਾਂ ਨੂੰ ਬੋਗਚੂ ਬਚਾ ਕੇ ਵੀ ਦਿਖਾਉਣਗੇ ਰੈਡੀ ਉਹ ਚੀਟੀ ਰੋੜੀ ਉੱਤੇ ਆਉਂਦਾ ਬੜਾ ਸੀ ਨਜ਼ਾਰਾ ਚੀਟੀ ਰੋੜੀ ਉੱਤੇ ਆਉਂਦਾ ਬੜਾ ਸੀ ਨਜ਼ਾਰਾ ਜੰਦੀ ਹੁੰਦੀ ਸੀ ਦਾਸੀਆਂ ਤੇ ਚੱਡੀ ਤੋਰੇ ਰੱਖਣੇ ਰਗੜਦਾ ਮਾਲੀ ਟਲੀ ਦੇ ਟਲੀ ਦੇ ਚੱਡੀ ਤੋਰੇ ਰੱਖਣੇ ਰਗੜਦਾ ਮਾਲ ਜੰਦੇ ਲੱਗੀ ਟਲੀ ਤੋਰੇ ਰੱਖਣੇ ਰਗੜਦਾ ਜੀ ਆਪਾਂ ਇੱਕ ਬਾਈ ਦੇ ਹੱਥ ਵਿੱਚ ਛੋਟਾ ਜਿਹਾ ਇੰਸਟਰੂਮੈਂਟ ਦੇਖ ਰਹੇ ਹਾਂ ਆਪਾਂ ਨੂੰ ਤਾਂ ਅੱਜ ਕੱਲ੍ਹ ਦੇ ਨੂੰ ਇਹਨੂੰ ਪਤਾ ਹੀ ਨਹੀਂ ਬਾਕੀ ਬਾਈ ਜੀ ਦੱਸਣਗੇ ਵੀ ਕੀ ਚੀਜ਼ ਆ ਬਾਈ ਇਹ ਇਹਨੂੰ ਵੀਰੇ ਮੋਰਚੰਗ ਕਿਹਾ ਜਾਂਦਾ ਗਾ ਇਹ ਦੁਨੀਆਂ ਦੇ ਕਾਫੀ ਹਿੱਸਿਆਂ 'ਚ ਪਾਇਆ ਜਾਂਦਾ ਗਾ ਜਿਵੇਂ ਕਿ ਇਹਨੂੰ ਰਾਜਸਥਾਨੀ ਇੰਸਟਰੂਮੈਂਟ ਕਿਹਾ ਜਾਂਦਾ ਗਾ ਉਹ ਵੈਸੇ ਦੁਨੀਆਂ ਦੇ ਮੋਸਟਲੀ ਹਿੱਸਿਆਂ 'ਚ ਪਾਇਆ ਜਾਂਦਾ ਇਹਨੂੰ ਮਾਊਥ ਹਾਰਪ ਵੀ ਕਹਿ ਦਿੰਦੇ ਨੇ ਮੋਰਚੰਗ ਕਿਹਾ ਜਾਂਦਾ ਆਪਣੇ ਪੰਜਾਬੀ ਦੇ ਵਿੱਚ ਅਤੇ ਵੱਜਦਾ ਦੇਖੋ ਬਾਈ ਇਹ ਮੋਸਟਲੀ ਵਜਾਉਣ ਦਾ ਜਿਹੜਾ ਤਰੀਕਾ ਹੁੰਦਾ ਗਾ ਇਹਨੂੰ ਕਿ ਨਾ ਦੰਦਾਂ ਦੇ ਵਿਚਾਲੇ ਰੱਖਿਆ ਜਾਂਦਾ ਗਾ ਅਤੇ ਇੱਥੇ ਰੱਖ ਕੇ ਜਿਹੜਾ ਮੂੰਹ ਹੁੰਦਾ ਆਪਣਾ ਇਹ ਜਿੱਦਾਂ ਤੂੰਬੀ ਦਾ ਕੱਦੂ ਇੱਕ ਭਾਂਡਾ ਹੁੰਦਾ ਗਾ ਉਹਨੂੰ ਥਾਂ ਬਣਾਉਂਦਾ ਗਾ ਜਿਹੜਾ ਮੂੰਹ ਹੈਗਾ ਉਹ ਵੀ ਇਹਦੇ ਭਾਂਡੇ ਦਾ ਕੰਮ ਕਰਦਾ ਗਾ ਅੰਦਰੋਂ ਜਿਹੜੀ ਜੀਭ ਹੁੰਦੀ ਹੈਗੀ ਉਹ ਜੀਭ ਦੇ ਨਾਲ ਇਹ ਜ਼ਿਆਦਾ ਜਿਹੜੀ ਇਹਦੀ ਵੇਵ ਬਣਦੀ ਹੈਗੀ ਉਹ ਜੀਭ ਨਾਲ ਬਣਦੀ ਜਿਵੇਂ ਆਹ ਦੇਖੋ ਇੱਕ ਜੀਭ ਨੂੰ ਪਿੱਛੇ ਕਰਦੇ ਹਾਂ ਚੌਂ ਚੌਂ ਆਹ ਚੀਜ਼ ਆਵਾਜ਼ ਆਉਂਦੀ ਹੈ ਇਹਦੀ ਇਹਨੂੰ ਵਜਾਉਣਾ ਕਹਿ ਸਕਦੇ ਹਾਂ ਬਹੁਤ ਮੁਸ਼ਕਿਲ ਹੈਗਾ ਜਦੋਂ ਉਹਨੂੰ ਵਜਾਉਂਦੇ ਹਾਂ ਕਿ ਜੇ ਤੁਹਾਡੀ ਜੀਭ ਇਹਦੇ ਨਾਲ ਟੱਚ ਹੋ ਗਈ ਤਾਂ ਵੱਢ ਵੀ ਸਕਦੀ ਹੈ ਉਹਨੂੰ ਕੱਟ ਪੈ ਸਕਦਾ ਤੁਹਾਡੀ ਜੀਭ 'ਤੇ ਖੂਨ ਨਿਕਲ ਸਕਦਾ ਗਾ ਬੜੇ ਧਿਆਨ ਨਾਲ ਵਜਾਉਣਾ ਪੈਂਦਾ ਗਾ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਇਹ ਆਪਣਾ ਇੱਥੇ ਸਟੂਡੀਓ ਜਿੱਥੇ ਅਸੀਂ ਰਿਕਾਰਡਿੰਗ ਕਰਦੇ ਹਾਂ ਪੂਰੇ ਗਾਣੇ ਦਾ ਪੂਰਾ ਪ੍ਰੋਸੈਸ ਬਣਾਉਣ ਦਾ ਰਿਕਾਰਡ ਕਰਨ ਦਾ ਸਾਰਾ ਅਸੀਂ ਇੱਥੇ ਹੀ ਕਰਦੇ ਹਾਂ ਅਤੇ ਮੈਂ ਤੁਹਾਨੂੰ ਦਿਖਾਉਣਾ ਵੀ ਹਾਂ ਇੱਕ ਆਪਣਾ ਪ੍ਰੋਜੈਕਟ ਆਇਆ ਸੀਗਾ ਇਹ ਯੂਟਿਊਬ 'ਤੇ ਪਿਆ ਗਾ ਦੁੱਖਾਂ ਦੀ ਮਾਰੀ ਸੌਂਗ ਸੀਗਾ ਅਮਰ ਨੇ ਗਾਇਆ ਸੀ ਆਪਣਾ ਭਰਾ ਮੁੰਡਾ ਜਲਾਲ ਤੋਂ ਉਹਦਾ ਮਿਊਜ਼ਿਕ ਕੀਤਾ ਸੀ ਮੈਂ ਉਹਦੀਆਂ ਪ੍ਰੋਜੈਕਟ ਫਾਈਲਸ ਆ ਇਹ ਵੈਸੇ ਪ੍ਰੋਜੈਕਟ ਤਾਂ ਪੁਰਾਣਾ ਗਾ ਪਰ ਪਿਆ ਗਾ ਤੁਹਾਨੂੰ ਇਹ ਸੁਣਾ ਦਿੰਦੇ ਹਾਂ ਵੀ ਕਿੱਦਾਂ ਗਾਣਾ ਬਣਨ ਤੋਂ ਪਹਿਲਾਂ ਕਿੱਦਾਂ ਹੁੰਦਾ ਵਿਦਾਊਟ ਵੋਕਲ ਇਹਦੇ ਵਿੱਚ ਵੋਕਲਾਂ ਨਹੀਂ ਹੈਗੀਆਂ ਇਕੱਲਾ ਮਿਊਜ਼ਿਕ ਪਾਰਟ ਆ ਅਤੇ ਬਣਨ ਤੋਂ ਬਾਅਦ ਕੀ ਚੀਜ਼ ਨਿਕਲਦੀ ਉਹ ਤੁਸੀਂ ਜਾ ਕੇ ਯੂਟਿਊਬ 'ਤੇ ਦੇਖ ਸਕਦੇ ਹਾਂ ਇਕੱਲਾ ਮਿਊਜ਼ਿਕ ਪਾਰਟ ਗਾਣੇ ਦਾ ਸਾਰੀਆਂ ਲੇਅਰਾਂ ਇੰਸਟਰੂਮੈਂਟਸ ਦੀਆਂ ਅਲੱਗ ਅਲੱਗ ਸਾਰਾ ਕੁਛ ਮਿਲ ਕੇ ਇੱਕ ਗਾਣਾ ਬਣਦਾ ਗਾ ਹੈ ਨਾ ਸਾਰੀਆਂ ਲੇਅਰਾਂ ਤੁਸੀਂ ਦੇਖ ਸਕਦੇ ਹਾਂ ਕੁਛ ਕੁ ਫਾਈਲਾਂ ਮਿਸ ਹੋ ਗਈਆਂ ਪ੍ਰੋਜੈਕਟ 'ਚੋਂ ਇਹ ਸਾਰਾ ਪ੍ਰੋਜੈਕਟ ਜਦੋਂ ਆਪਾਂ ਰੈਡੀ ਕੀਤਾ ਸੀਗਾ ਪਹਿਲਾਂ ਉਦੋਂ ਦਾ ਪੁਰਾਣਾ ਪ੍ਰੋਜੈਕਟ ਆਪਣੇ ਕੋਲ ਪਿਆ ਗਾ ਇੱਦਾਂ ਮੱਥਾ ਮਾਰਨਾ ਪੈਂਦਾ ਗਾ ਵੀ ਇੱਕ ਪ੍ਰੋਜੈਕਟ 'ਤੇ ਕਈ ਕਈ ਦਿਨ ਕਈ ਕਈ ਰਾਤਾਂ ਫਿਰ ਕਿਤੇ ਜਾ ਕੇ ਇੱਕ ਗਾਣਾ ਬਣਦਾ ਗਾ
ਅਤੇ ਆਹ ਸਾਰਾ ਪ੍ਰੋਸੈਸ ਆ ਵੀਰੇ ਗਾਣਾ ਬਣਾਉਣ ਦਾ, ਸਾਰੀਆਂ ਪ੍ਰੋਜੈਕਟ ਫਾਈਲਾਂ ਤੁਹਾਡੇ ਸਾਹਮਣੇ ਪਈਆਂ। ਜਦੋਂ ਆਪਾਂ ਕੰਮ ਕਰਨਾ ਸਟਾਰਟ ਕਰਦੇ ਹਾਂ ਉਦੋਂ ਕਈ ਔਂਕੜਾਂ ਵੀ ਆਉਂਦੀਆਂ ਗੀਆਂ ਨਾ, ਆਪਣੇ ਨਾਲ ਦੇ ਕਈ ਬੰਦਿਆਂ ਨੇ ਕਿਹਾ ਵੀ ਆਹ ਪ੍ਰੋਜੈਕਟ ਸਾਡਾ ਬਣਾਇਆ ਵਿਆ, ਇਹਨੇ ਨਹੀਂ ਬਣਾਇਆ ਜਾਂ ਕੁਛ ਵੀ ਆ। ਆਹ ਤੁਸੀਂ ਦੇਖ ਸਕਦੇ ਹੋ ਸਾਰਾ ਤੁਹਾਡੇ ਸਾਹਮਣੇ, ਮੈਂ ਤਾਂ ਹੀ ਤੁਹਾਨੂੰ ਦਿਖਾ ਰਿਹਾ ਸਾਰੀਆਂ ਪ੍ਰੋਜੈਕਟ ਫਾਈਲਾਂ, ਸਾਰੇ ਇੰਸਟਰੂਮੈਂਟ ਸਾਰਾ ਆਪਦੇ ਹੱਥੀਂ ਬਣਾਇਆ ਵਿਆ ਗਾਣਾ ਏ ਟੂ ਜੈਡ, ਹੈ ਨਾ। ਇੱਦਾਂ ਕਰਨਾ ਨਹੀਂ ਚਾਹੀਦਾ ਵੈਸੇ, ਕਿਉਂਕਿ ਐਸੀਆਂ ਚੀਜ਼ਾਂ ਇੱਕ ਵਾਰੀ ਹੁੰਦੀਆਂ, ਬੰਦਾ ਵਾਰੀ ਵਾਰੀ ਨਹੀਂ ਕਰ ਸਕਦਾ ਹੁੰਦਾ। ਤਾਂ ਆਹ ਆਪਣਾ ਪ੍ਰੋਸੈਸ ਆ ਗਾਣਾ ਬਣਾਉਂਦਾ, ਹੋਪ ਤੁਹਾਨੂੰ ਵਧੀਆ ਲੱਗਿਆ ਹੋਣਾ। ਥੈਂਕ ਯੂ ਵੀਰੇ। ਹਾਂਜੀ, ਅੱਜ ਆਪਾਂ ਬਾਈ ਹੁਣਾਂ ਨਾਲ ਆਏ ਮਿਊਜ਼ਿਕ ਸਟੂਡੀਓ, ਅਤੇ ਦੇਖਿਆ ਬਾਈ ਹੁਣੇ ਕਿੱਦਾਂ ਕੰਮ ਕਰਦੇ ਆ, ਬਹੁਤ ਬਾਈ ਮਿਹਨਤ ਵਾਲਾ ਕੰਮ ਆ। ਅਤੇ ਬਾਕੀ ਇੰਸਟਰੂਮੈਂਟ ਵੀ ਕਈ ਤਾਂ ਬਾਈ ਹੁਣੇ ਲਾਈਵ ਵੀ ਵਜਾਉਂਦੇ ਵਿੱਚ, ਅਤੇ ਬਾਕੀ ਸਾਰੇ ਜਣੇ ਤੁਸੀਂ ਆਪਣੇ ਬਾਈ ਦਾ ਮਿਊਜ਼ਿਕ ਪ੍ਰੋਡਕਸ਼ਨ ਆ ਮੈਟਬੋਲ ਪ੍ਰੋਡਕਸ਼ਨ, ਅਤੇ ਇੰਸਟਾ 'ਤੇ ਵੀ ਜਾ ਕੇ ਉਹਨੂੰ ਫੋਲੋ ਕਰੋ। ਅਤੇ ਬਾਈ ਹੁਣਾਂ ਦੀ ਜਿਹੜਾ ਇਹ ਪ੍ਰੋਜੈਕਟ ਆਇਆ ਸੀਗਾ ਬੱਲੇ ਜਲਾਲ ਦਾ ਅਤੇ ਅਮਰ ਜਲਾਲ ਦਾ ਦੁੱਖਾਂ ਦੀ ਮਾਰੀ ਸੌਂਗ ਆ, ਯੂਟਿਊਬ 'ਤੇ ਜਾ ਕੇ ਜ਼ਰੂਰ ਸੁਣੋ। ਅਤੇ ਉਮੀਦ ਕਰਦਾ ਜੀ ਤੁਹਾਨੂੰ ਅੱਜ ਦਾ ਵਲੌਗ ਸਾਡਾ ਪਸੰਦ ਆਇਆ ਹੋਵੇਗਾ, ਅਤੇ ਇੱਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ, ਅਤੇ ਆਪਾਂ ਹੋਰ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓਜ਼ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਰਿਆਂ ਦਾ ਧੰਨਵਾਦ, ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਅਤੇ ਵੀਡੀਓਜ਼ 'ਤੇ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ ਸਾਰਿਆਂ ਦਾ।